ਹਰਿਆਣੇ 'ਚ ਅਸੀਂ ਦੱਸੀਏ ਜੇ ਸਰਕਾਰ ਬਣਾਈ ਹੈ, ਜੰਮੂ ਕਸ਼ਮੀਰ 'ਚ ਦੱਸੀਏ ਅਸੀਂ ਸਰਕਾਰ ਬਣਾਈ ਹੈ, ਹਿਮਾਚਲ 'ਚ ਦੱਸੀਏ ਸਰਕਾਰ ਬਣਾਈ ਹੈ, ਪੰਜਾਬ 'ਚ ਕਿਉਂ ਨਹੀਂ ਸਰਕਾਰ ਬਣਾ ਸਕਦੇ? ਮੇਰੇ ਜੋ ਵਿਚਾਰ ਸੀ ਮੈਂ ਆਪਣੇ ਕਾਰਜਕਰਤਾ ਦੇ ਸਾਹਮਣੇ ਰੱਖ ਦਿੱਤੇ ਯਾਰ, ਮੇਰਾ ਉਹ ਤਾਂ ਵਿਅਕਤੀਗਤ ਵਿਚਾਰ ਹੈ। ਪੰਜਾਬ ਦੇ ਵਿੱਚ ਬੀਜੇਪੀ ਦੀ ਰਾਜਨੀਤੀ ਵਿੱਚ ਨਵੀਂ ਕੜੀ ਜੁੜੀ ਹੈ। ਪਠਾਨਕੋਟ ਤੋਂ ਰਹੇ ਬੀਜੇਪੀ ਦੇ MLA ਅਸ਼ਵਨੀ ਸ਼ਰਮਾ ਜੀ ਨੂੰ ਦੁਬਾਰਾ ਇੱਕ ਵਾਰ ਪੰਜਾਬ ਬੀਜੇਪੀ ਦੀ ਕਮਾਨ ਮਿਲੀ ਹੈ। ਸਾਡੇ ਨਾਲ ਇਸ ਲਈ ਪਠਾਨਕੋਟ ਦੇ ਬੀਜੇਪੀ ਦੇ ਜੇ ਪਿਤਾਮਾ ਕਹੇ ਜਾਣ ਮਾਸਟਰ ਮੋਹਨ ਲਾਲ, ਜਿਹੜੇ ਪੂਰਵ ਕੈਬਨਿਟ ਮੰਤਰੀ ਵੀ ਰਹੇ ਨੇ, ਸਾਡੇ ਨਾਲ ਮੌਜੂਦ ਨੇ, ਗੱਲ ਕਰਾਂਗੇ ਉਹਦੇ ਨਾਲ। ਮਾਸਟਰ ਜੀ ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ TV 'ਤੇ। ਦੇਖੋ, ਅਸ਼ਵਨੀ ਸ਼ਰਮਾ ਧਰਾਤਲ ਨਾਲ ਜੁੜਿਆ ਕਾਰਜਕਰਤਾ ਔਰ ਹਾਈ ਕਮਾਂਡ ਨੇ ਜੋ ਫੈਸਲਾ ਕੀਤਾ, ਸਟੀਕ ਫੈਸਲਾ ਕੀਤਾ, ਅੱਛਾ ਫੈਸਲਾ ਕੀਤਾ। ਔਰ ਇਹ ਤੁਸੀਂ ਦੇਖਣਾ ਕਿ ਭਾਰਤੀ ਜਨਤਾ ਪਾਰਟੀ ਦੀ ਜੋ ਸਾਖ ਪੰਜਾਬ 'ਚ ਗਿਰੀ ਸੀ ਉਹ ਫਿਰ ਉਤਾਂ ਉੱਠੇਗੀ ਔਰ ਭਾਰਤੀ ਜਨਤਾ ਪਾਰਟੀ ਜਿਹੜੀ ਹੈ 2022 ਦੇ ਸਾਰੇ ਇਲੈਕਸ਼ਨ ਲੜਨਗੇ, ਉਸ 'ਚ ਆਪਣਾ ਪੂਰਾ ਐਗਜ਼ਿਸਟੈਂਸ ਜਿਹੜੀ ਹੈ ਉਹ ਦਿਖਾਏਗੀ ਔਰ ਅਸ਼ਵਨੀ ਸ਼ਰਮਾ ਇਸ ਗੱਲ ਦਾ ਨੇਤ੍ਰਿਤਵ ਕਰਨਗੇ। ਅਸ਼ਵਨੀ ਸ਼ਰਮਾ ਮੰਡਲ ਸਤਰ ਤੋਂ ਲੈ ਕਰਕੇ ਮੰਡਲ ਦਾ ਪ੍ਰਧਾਨ, ਜ਼ਿਲ੍ਹੇ ਦਾ ਪ੍ਰਧਾਨ, ਯੁਵਾ ਮੋਰਚੇ ਦਾ ਪ੍ਰਧਾਨ ਔਰ ਪੰਜਾਬ ਪ੍ਰਦੇਸ਼ ਦਾ ਪ੍ਰਧਾਨ ਰਹਿ ਚੁੱਕਿਆ, ਐਕਸਪੀਰੀਅੰਸ ਆਦਮੀ ਹੈ ਔਰ ਉਸਦੇ ਐਕਸਪੀਰੀਅੰਸ ਦਾ ਭਾਰਤੀ ਜਨਤਾ ਪਾਰਟੀ ਨੂੰ ਪੂਰਾ ਫਾਇਦਾ ਮਿਲੇਗਾ, ਇਸ ਦਾ ਮੈਨੂੰ ਯਕੀਨ ਹੈ। ਤੁਸੀਂ ਤਜਰਬੇ ਦੀ ਗੱਲ ਕੀਤੀ ਹੈ ਅਤੇ ਕਿਹੜੀਆਂ ਨਵੀਆਂ ਚੀਜ਼ਾਂ ਹੁਣ ਦੇਖਣ ਨੂੰ ਮਿਲ ਸਕਦੀਆਂ ਪੰਜਾਬ ਦੀ BJP ਦੀ ਰਾਜਨੀਤੀ 'ਚ ਜੇ ਆਪਾਂ ਗੱਲ ਕਰੀਏ ਤਾਂ? ਦੇਖੋ, ਅਜੇ ਸਾਡੇ ਸਾਹਮਣੇ ਸਿਰਫ 2022 ਦਾ ਚੁਣਾਵ ਹੈ। 2022 ਦੇ ਚੁਣਾਵ ਨੂੰ ਜਿੱਤਣ ਵਾਸਤੇ ਸਭ ਕੁਝ, ਸਾਰੀ ਤਾਕਤ ਲਗਾਉਣੀ ਹੈ ਔਰ ਮੋਦੀ ਸਾਹਿਬ ਦੇ ਹੱਥ ਮਜ਼ਬੂਤ ਕਰਨੇ ਹੈ, ਇਹੀ ਸਾਡੇ ਸਾਹਮਣੇ ਬੜਾ ਸਭ ਤੋਂ ਵੱਡਾ ਮੁੱਦਾ ਹੈ। ਮਾਸਟਰ ਜੀ, ਤੁਸੀਂ ਕਾਂਗਰਸ ਸਰਕਾਰ ਫੇਲ ਹੋ ਚੁੱਕੀ ਹੈ, ਜਿਹੜੇ ਕਾਂਗਰਸ ਸਰਕਾਰ ਨੇ ਵਾਅਦੇ ਕੀਤੇ ਸੀ ਉਹ 'ਚ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ, ਭਾਵੇਂ ਨਸ਼ੇ ਦਾ ਸੀ, ਭਾਵੇਂ ਮਾਈਨਿੰਗ ਦਾ ਸੀ, ਭਾਵੇਂ ਨੌਕਰੀਆਂ ਦੇਣ ਦਾ ਸੀ, ਭਾਵੇਂ ਸਮਾਰਟ ਫੋਨ ਦਾ ਸੀਗਾ, ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ, ਉਹਦੇ ਖਿਲਾਫ ਅਸੀਂ ਚੱਲਾਂਗੇ। ਮਾਸਟਰ ਜੀ, ਤੁਸੀਂ ਗੱਲ ਕੀਤੀ 2022 ਦੇ ਚੁਣਾਵਾਂ ਦੀ, ਕੱਲ੍ਹ ਅਸ਼ਵਨੀ ਸ਼ਰਮਾ ਜੀ ਨੂੰ ਜਿਸਲੇ ਪ੍ਰਧਾਨ ਬਣਾਇਆ ਗਿਆ ਉੱਥੇ ਤੁਸੀਂ ਸਪੀਚ ਵੀ ਦਿੱਤੀ, ਉੱਥੇ ਤੁਸੀਂ ਕਿਹਾ ਕਿ 2022 ਦੇ ਵਿੱਚ ਜਿਹੜੀ BJP ਹੈ ਉਹ ਪੰਜਾਬ ਦੇ ਵਿੱਚ ਇਕੱਲੀ ਲੜੇਗੀ, ਇਕੱਲੀ ਇਕੱਲੀ ਸੀਟ ਦੇ ਉੱਤੇ, ਇਹਦੇ ਬਾਰੇ ਕੀ ਕਹਿਣਾ ਤੁਹਾਡਾ? ਯਾਰ, ਮੇਰਾ ਉਹ ਤਾਂ ਵਿਅਕਤੀਗਤ ਵਿਚਾਰ ਹੈ ਪਾਰਟੀ ਦਾ। ਮਾਸਟਰ ਜੀ, ਤੁਹਾਡੇ 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 ਵਿਅਕਤੀਗਤ ਜਵਾਬ ਨਾਲ, ਸਵਾਲ ਨਾਲ ਪੂਰਾ ਪੰਜਾਬ ਦੀ BJP ਜੁੜੀ ਹੋਈ ਆ, ਪੁਰਾਣੇ ਤੁਸੀਂ ਨੇਤਾ ਹੋ, ਜੇ ਮੰਨਿਆ ਜਾਏ ਤਾਂ ਪਠਾਨਕੋਟ ਦੇ BJP ਦੀਆਂ ਜੜ੍ਹਾਂ ਤੁਹਾਡੇ ਤੋਂ ਬਗੈਰ ਨਹੀਂ, ਤੁਹਾਡੇ ਤੋਂ ਹੀ ਸ਼ੁਰੂ ਹੁੰਦੀਆਂ, ਕੀ ਕਹਿਣਾ ਤੁਹਾਡਾ? ਇਹ ਦੇਖੋ, ਨੀਤੀਗਤ ਫੈਸਲਾ, ਨੀਤੀਗਤ ਫੈਸਲਾ ਪਾਰਟੀ ਦੀ ਵਰਕਿੰਗ ਕਮੇਟੀ ਨੇ, ਹਾਈ ਕਮਾਂਡ ਲੈਣਾ। ਮੇਰੇ ਜੋ ਵਿਚਾਰ ਸੀ ਮੈਂ ਆਪਣੇ ਕਾਰਜਕਰਤਾ ਦੇ ਸਾਹਮਣੇ ਰੱਖ ਦਿੱਤੇ ਕਿ ਤੁਹਾਨੂੰ ਆਪਣੀ ਐਗਜ਼ਿਸਟੈਂਸ ਦੱਸਣੀ ਚਾਹੀਦੀ ਹੈ। ਹਰਿਆਣੇ 'ਚ ਅਸੀਂ ਦੱਸੀਏ ਜੇ ਸਰਕਾਰ ਬਣਾਈ ਹੈ, ਜੰਮੂ ਕਸ਼ਮੀਰ 'ਚ ਦੱਸੀਏ ਅਸੀਂ ਸਰਕਾਰ ਬਣਾਈ ਹੈ, ਹਿਮਾਚਲ 'ਚ ਦੱਸੀਏ ਸਰਕਾਰ ਬਣਾਈ ਹੈ, ਪੰਜਾਬ 'ਚ ਕਿਉਂ ਨਹੀਂ ਸਰਕਾਰ ਬਣਾ ਸਕਦੇ, ਅਸੀਂ ਸਰਕਾਰ ਬਣਾਵਾਂਗੇ। ਜੈ ਹਿੰਦ। ਧੰਨਵਾਦ ਜੀ। ਅਤੇ ਇਸ ਨਾਲ ਸਾਡੇ ਨਾਲ ਮਾਸਟਰ ਮੋਹਨ ਲਾਲ, ਜਿਨ੍ਹਾਂ ਦਾ ਕਹਿਣਾ ਹੈ ਕਿ ਬੜੇ ਕਾਬਿਲ ਨੇਤਾ ਨੇ ਅਸ਼ਵਨੀ ਸ਼ਰਮਾ ਔਰ ਇਹਨਾਂ ਦੀ ਪ੍ਰਧਾਨਗੀ ਹੇਠ ਪੰਜਾਬ ਦੀ ਜਿਹੜੀ BJP ਹੈ ਹੋਰ ਵੀ ਤਰੱਕੀ ਕਰੇਗੀ, ਹੋਰ ਅੱਗੇ ਜਾਏਗੀ। ਅਤੇ ਜੇ ਗੱਲ 2022 ਦੀ ਕਰੀਏ, ਜਿਹੜਾ ਉਹਨਾਂ ਨੇ ਉਹਨਾਂ ਦੀ ਪ੍ਰਧਾਨਗੀ ਜਿਸਲੇ ਅਸ਼ਵਨੀ ਜੀ ਨੂੰ ਪ੍ਰਧਾਨਗੀ ਮਿਲੀ, ਉਸ ਸਮਾਰੋਹ 'ਚ ਉਹਨਾਂ ਸਪੀਚ 'ਚ ਕਿਹਾ ਸੀਗਾ ਕਿ BJP ਜਿਹੜੀ ਹੈ 2022 ਦੇ ਵਿੱਚ ਪੰਜਾਬ ਦੇ ਵਿੱਚ ਇਕੱਲੀ ਹਰ ਸੀਟ 'ਤੇ ਇਕੱਲੀ ਚੁਣਾਵ ਲੜੇਗੀ। ਪਰ ਹੁਣ ਉਹਨਾਂ ਨੇ ਇਸ ਗੱਲ ਦਾ ਕਿਹਾ ਕਿ ਇਹ ਮੇਰੀ ਵਿਅਕਤੀਗਤ ਰਾਏ ਸੀਗੀ, ਨਿੱਜੀ ਰਾਏ ਸੀਗੀ, ਮੈਂ ਆਪਣੀ ਰਾਏ ਲੋਕਾਂ ਅੱਗੇ ਰੱਖੀ, ਪਾਰਟੀ ਦੇ ਅੱਗੇ ਰੱਖੀ, ਬਾਕੀ ਫੈਸਲਾ ਤਾਂ ਹਾਈ ਕਮਾਂਡ ਦਾ ਹੋਵੇਗਾ। ਕੈਮਰਾਮੈਨ ਯੋਗੇਸ਼ ਦੇ ਨਾਲ ਸੰਜੀਵ ਮੰਗੋਤਾ, ਦੈਨਿਕ ਸਵੇਰਾ TV ਪਠਾਨਕੋਟ। ਕੈਨੇਡਾ ਦਾ ਸਟੱਡੀ ਵੀਜ਼ਾ ਸਿਰਫ 5 ਲੱਖ ਰੁਪਏ ਦੇ ਵਿੱਚ, 5 ਲੱਖ ਰੁਪਏ ਦੇਣਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ, ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇੰਕਲੂਡ ਹੈ। ਤੁਸੀਂ ਬਰੈਂਪਟਨ ਜਾਣਾ ਚਾਹੁੰਦੇ ਹੋ, ਸਰੀ ਜਾਣਾ ਚਾਹੁੰਦੇ ਹੋ, ਸਿਰਫ 5 ਲੱਖ ਰੁਪਏ 'ਚ ਜਾਓਗੇ, ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ। ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ, ਵਸ਼ੀਕਰਨ, ਲਵ ਮੈਰਿਜ, PR, ਲੋਟਰੀ ਸੱਟਾ ਨੰਬਰ, ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਤੇ 4 ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।